और मान ओ भैया तार के नीचे साइड तार का खतरा का भी आता है तो उधर जल्दी बात ਪੌਣੇ ਇੱਕ ਵਜੇ ਫੋਨ ਆਇਆ ਸੀਗਾ ਜਿਹੜਾ ਕਿ ਮਾਰਕੀਟ ਬਿਲਡਾਂ ਦੀ ਅੱਗ ਲੱਗੀ ਠੀਕ ਹੈ ਪੁਲ ਚੌਂਕੀ ਦੇ ਸਾਹਮਣੇ ਸੀ ਨਾਲ ਨਾਲ ਜਿਹੜੀ ਜ਼ਰੂਰੀ ਤਿੰਨ ਗੱਡੀਆਂ ਤਿੰਨ ਗੱਡੀਆਂ ਡੇਰਾ ਪਏ ਸੀ ਤੋਂ ਅਤੇ ਮੋਹਾਲੀ ਪੰਜ ਕਿਲਾ ਚੰਡੀਗੜ੍ਹ ਫੋਨ ਕਰਕੇ ਸੀ ਅਤੇ ਉਹਨਾਂ ਦੀ ਹੈਲਪ ਮਿਲੀ ਆ ਅਤੇ ਤਕਰੀਬਨ ਇੱਕ ਘੰਟੇ 'ਚ ਅਸੀਂ 90% ਅੱਗ ਜਿਹੜੀ ਕੰਟਰੋਲ ਕਰ ਲਈ ਹੁਣ ਥੋੜ੍ਹੀ ਜਿਹੀ ਅੱਗ ਰਹਿ ਗਈ ਜਿਹੜੀ ਧੁੱਪ ਰਹੀ ਹੈ ਉਹ ਜਲ ਕੇ ਅਤੇ ਕਿੰਨਾ ਕੁ ਨੁਕਸਾਨ ਹੈ ਤੁਹਾਡੇ ਹਿਸਾਬ ਨਾਲ ਨੁਕਸਾਨ ਤਾਂ ਜਿਹੜੇ ਬਾਅਦ 'ਚ ਹੀ ਪਤਾ ਲੱਗੀ ਮਤਲਬ ਕੋਈ ਨਹੀਂ ਕੋਈ ਅੰਦਾਜ਼ਾ ਤਾਂ ਹੋਣਾ ਕਿੰਨੀਆਂ ਕੁ ਨੁਕਸਾਨ ਨਜ਼ਰ ਆ ਰਹੀਆਂ ਤਕਰੀਬਨ 1 ਏਕੜ 'ਚ ਦੱਸ ਰਹੀ ਹੈ ਇੱਕ ਏਕੜ 'ਚ ਦੱਸ ਰਹੀ ਟੈਂਪਰ ਵੀ ਸੈੱਟ ਹੈ ਸਾਰੀ ਟੈਂਪਰ ਵੀ ਸੈੱਟ ਜੀ ਕੋਈ ਪਰਮਿਸ਼ਨ ਫਾਇਰ ਸਾਡੇ ਵੱਲੋਂ ਕੋਈ ਪਰਮਿਸ਼ਨ ਨਹੀਂ ਅਸੀਂ ਨਾ ਆਏ ਦੇਖੀ ਅੱਜ ਪਹਿਲੀ ਵਾਰ ਮਾਰ ਕੇ ਅੱਛਾ ਇਹਦਾ ਮਾਲਕ ਕੌਣ ਹੈ ਜੀ ਮਾਲਕ ਗੱਲ ਪਤਾ ਲੱਗਾ ਸੋਨੀ ਸਾਹਿਬ ਕਹਿ ਰਹੇ ਵੀ ਸੋਨੀ ਸਾਹਿਬ ਕੀ ਨਹੀਂ ਪਤਾ ਕਿਹਦੇ ਸੋਨੀ ਸਾਹਿਬ ਜੀ ਸਰ ਮੈਂ ਤਾਂ ਕਰਤਾ ਦਾ ਖਾਨੇ ਖਾਨੇ ਰੱਖਿਆ ਹੋਇਆ ਤਾਂ ਬਾਈ ਦਾ ਫੋਨ ਪਹੁੰਚਾ ਕਿ ਫੈਕਟਰੀ ਮਾਰ ਗਿਆ ਮੈਨੂੰ ਨਹੀਂ ਪਤਾ ਕਿ ਪਿੱਛੇ ਸੇ ਆਗ ਆਈ ਹੈ ਜਬ ਹਮ ਆਏ ਬਹੁਤ ਕੁਛ ਚਲ ਚੁਕਾ ਤਾਂ ਪਿੱਛੇ ਤੱਕ ਆਗ ਤੋਂ ਰੁਕੀ ਗਈ ਰੁਕੀ ਨਹੀਂ ਪਈ ਸਕੀਲ ਸੁਲਤਾਨ ਐਸ ਐਸ ਫਰਨੀਚਰ ਨਾਸਿਰ ਰੋਸ਼ਨ ਫਰਨੀਚਰ ਕਿਆ ਕਿਆ ਸਮਾਨ ਦਾ ਨੁਕਸਾਨ ਹੋਇਆ ਔਰ ਕਿਤਨੇ ਦਾ ਨੁਕਸਾਨ ਹੋਇਆ ਨੁਕਸਾਨ ਤਾਂ ਸਰ ਬਹੁਤ ਹੋ ਗਿਆ 25 ਲੱਖ ਦਾ ਨੁਕਸਾਨ ਹੈ ਤਿੰਨੋਂ ਦੁਕਾਨਾਂ ਦੇ ਇਸੇ ਪਹਿਲੇ ਕਦੇ ਆਗ ਇਸ ਏਰੀਆ ਮੇ ਐਸੇ ਦੇਖੀ ਆਪ ਐਸੀ ਕੋਈ ਆਗ ਨਹੀਂ ਦੇਖੀ ਬਹੁਤ ਭਯਾਨਕ ਆਗ ਸੀ ਜਿਸਮੇ 7-8 ਦੁਕਾਨਾਂ ਹੋਰ ਹੋ ਕੇ ਵੀ ਜਲਦੀ ਆਪਕੇ ਸਾਹਮਣੇ ਤਕਰੀਬਨ 1.5 ਘੰਟਾ ਹੋ ਗਿਆ ਸੂਚਨਾ ਮਿਲੇ ਨੂੰ ਕਿ ਫਰਨੀਚਰ ਮਾਰਕੀਟ ਤੇ ਕਟਾਉਣ ਹੈਗੇ ਨੇ ਕਿ ਉਰੇ ਅੱਗ ਲੱਗੀ ਹੈ ਤਾਂ ਇਮੀਡੀਏਟਲੀ ਅਸੀਂ ਆਪਣੀ ਪੁਲਿਸ ਪਾਰਟੀ ਲੈ ਕੇ ਉਰੇ ਪਹੁੰਚੇ ਹਾਂ ਨਾਲ ਹੀ ਫਾਇਰ ਐਕਸਟੈਂਸ਼ਨ ਲੈ ਕੇ ਫਾਇਰ ਡਿਪਾਰਟਮੈਂਟ ਤੋਂ ਪਹੁੰਚੇ ਨੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਤੇ ਕਾਬੂ ਪਾਉਣ ਦੀ ਤੇ ਆਲਮੋਸਟ ਸਾਰਾ ਕਾਬੂ ਪਾ ਲਿਆ ਗਿਆ ਤਾਂ ਕਿੰਨੇ ਕੁ ਸ਼ੈੱਡ ਉਹਨੇ ਟੁੱਟੇ ਤਾਂ ਕਿੰਨੀ ਕੁ ਜਗ੍ਹਾ ਤਕਰੀਬਨ 7-8 ਪਲੱਸ ਸ਼ੈੱਡ ਹੈਗੇ ਨੇ ਤੇ ਕਾਫੀ ਜਗ੍ਹਾ ਹੈਗੀ ਹੈ ਜਹਾਂ ਤੇ ਸ਼ੈੱਡ ਪੜੇ ਹੋਏ ਸੀ ਤਾਂ ਕੋਈ ਸਪਾਇਰ ਸੇਫਟੀ ਦਾ ਵੀ ਪਤਾ ਲੱਗਾ ਵੀ ਹੈ ਨਹੀਂ ਸੀ ਨਾ ਕੋਈ ਕਿਤਾ ਦੀ ਗੱਲਬਾਤ ਆਈ ਹੈ ਸਭ ਨੂੰ ਐਸ ਆਫ ਨਾਓ ਤਾਂ ਸਾਡਾ ਜੋ ਇਸ ਟਾਈਮ ਕੋਸ਼ਿਸ਼ ਹੈਗੀ ਆ ਤਾਂ ਤੇ ਕਾਬੂ ਪਾਉਣ ਦੀ ਹੈਗੀ ਹੈ ਬਾਕੀ ਸਾਰੇ ਜੋ ਐਂਗਲਸ ਹੈਗੇ ਨੇ ਵੀ ਐਕਸਪਲੋਰ ਲੇਟ ਔਰ ਮਾਨ ਉਹ ਭਏ ਤਾਰ ਕੇ ਨੀਚੇ ਸਾਡਾ ਤਾਰ ਕਾ ਖਤਰਾ ਪੌਣੇ 1 ਵਜੇ ਫੋਨ ਆਇਆ ਸੀਗਾ ਜਿਹੜਾ ਕਿ ਮਾਰਕੀਟ ਬਿਲਡਾਂ ਦੀ ਅੱਗ ਲੱਗੀ ਠੀਕ ਹੈ ਪੁਲ ਚੌਂਕੀ ਦੇ ਸਾਹਮਣੇ ਸੀ ਨਾਲ ਨਾਲ ਜਿਹੜੀ ਜ਼ਰੂਰੀ ਤਿੰਨ ਗੱਡੀਆਂ ਤਿੰਨ ਗੱਡੀਆਂ ਡੇਰਾ ਪਏ ਸੀ ਤੋਂ ਅਤੇ ਮੋਹਾਲੀ ਪੰਜ ਕਿਲਾ ਚੰਡੀਗੜ੍ਹ ਫੋਨ ਕਰਕੇ ਸੀ ਅਤੇ ਉਹਨਾਂ ਦੀ ਹੈਲਪ ਮਿਲੀ ਆ ਅਤੇ ਤਕਰੀਬਨ ਇੱਕ ਘੰਟੇ 'ਚ ਅਸੀਂ 90% ਅੱਗ ਜਿਹੜੀ ਕੰਟਰੋਲ ਕਰ ਲਈ ਹੁਣ ਥੋੜ੍ਹੀ ਜਿਹੀ ਅੱਗ ਰਹਿ ਗਈ ਜਿਹੜੀ ਧੁੱਪ ਰਹੀ ਹੈ ਉਹ ਜਲ ਕੇ ਅਤੇ ਕਿੰਨਾ ਕੁ ਨੁਕਸਾਨ ਹੈ ਤੁਹਾਡੇ ਹਿਸਾਬ ਨਾਲ ਨੁਕਸਾਨ ਤਾਂ ਜਿਹੜੇ ਬਾਅਦ 'ਚ ਹੀ ਪਤਾ ਲੱਗੀ ਮਤਲਬ ਕੋਈ ਨਹੀਂ ਕੋਈ ਅੰਦਾਜ਼ਾ ਤਾਂ ਹੋਣਾ ਕਿੰਨੀਆਂ ਕੁ ਨੁਕਸਾਨ ਨਜ਼ਰ ਆ ਰਹੀਆਂ ਤਕਰੀਬਨ 1 ਏਕੜ 'ਚ ਦੱਸ ਰਹੀ ਹੈ 1 ਏਕੜ 'ਚ ਦੱਸ ਰਹੀ ਟੈਂਪਰ ਵੀ ਸੈੱਟ ਹੈ ਸਾਰੀ ਟੈਂਪਰ ਵੀ ਸੈੱਟ ਜੀ ਕੋਈ ਪਰਮਿਸ਼ਨ ਫਾਇਰ ਸਾਡੇ ਵੱਲੋਂ ਕੋਈ ਪਰਮਿਸ਼ਨ ਅਸੀਂ ਨਾ ਆਏ ਦੇਖੀ ਅੱਜ ਪਹਿਲੀ ਵਾਰ ਮਾਰ ਕੇ ਅੱਛਾ ਇਹਦਾ ਮਾਲਕ ਕੌਣ ਹੈ ਜੀ ਮਾਲਕ ਗੱਲ ਪਤਾ ਲੱਗਾ ਸੋਨੀ ਸਾਹਿਬ ਕਹਿ ਰਹੇ ਵੀ ਸੋਨੀ ਸਾਹਿਬ ਕੀ ਨਹੀਂ ਪਤਾ ਕਿਹਦੇ ਸੋਨੀ ਸਾਹਿਬ ਜੀ ਸਰ ਮੈਂ ਤਾਂ ਕਰਤਾ ਦਾ ਖਾਨੇ ਖਾਨੇ ਰੱਖਿਆ ਹੋਇਆ ਤਾਂ ਬਾਈ ਦਾ ਫੋਨ ਪਹੁੰਚਾ ਕਿ ਫੈਕਟਰੀ ਮਾਰ ਗਿਆ ਮੈਨੂੰ ਨਹੀਂ ਪਤਾ ਕਿ ਪਿੱਛੇ ਸੇ ਆਗ ਆਈ ਹੈ ਜਬ ਹਮ ਆਏ ਬਹੁਤ ਕੁਛ ਚਲ ਚੁਕਾ ਤਾਂ ਪਿੱਛੇ ਤੱਕ ਆਗ ਤੋਂ ਰੁਕੀ ਗਈ ਰੁਕੀ ਨਹੀਂ ਪਈ ਸਕੀਲ ਸੁਲਤਾਨ ਐਸ ਐਸ ਫਰਨੀਚਰ ਨਾਸਿਰ ਰੋਸ਼ਨ ਫਰਨੀਚਰ ਕਿਆ ਕਿਆ ਸਮਾਨ ਦਾ ਨੁਕਸਾਨ ਹੋਇਆ ਔਰ ਕਿਤਨੇ ਦਾ ਨੁਕਸਾਨ ਹੋਇਆ ਨੁਕਸਾਨ ਤਾਂ ਸਰ ਬਹੁਤ ਹੋ ਗਿਆ 25 ਲੱਖ ਦਾ ਨੁਕਸਾਨ ਹੈ ਤਿੰਨੋਂ ਦੁਕਾਨਾਂ ਦੇ
इससे पहले कभी आगे इस एरिया में ऐसे देखी आपने? ऐसी कोई आगे नहीं देखी, बहुत भयानक आती है। उसमें 7-8 दुकानें और होगी भी चलती आपके सामने। तकरीबन 1.5 घंटा हो गया सूचना मिले कि फर्नीचर मार्केट से खड़ा होने के लिए चूहे आग लगी है, तो इमीडिएटली असं अपनी पुलिस पार्टी लेके उ पहुंचे हैं, नाल ही फायर एक्सटेंशन लैके फायर डिपार्टमेंट तो पहुंचे हैं, तो कोशिश की जा रही है अगते काबू पाने की, ऑलमोस्ट सारा काबू पा लिया गया। ਕਿੰਨੇ ਕੁ ਸ਼ੈੱਡ ਉਹਨੇ ਟੁੱਟੇ ਹੋਏ, ਕਿੰਨੀ ਕੁ ਜਗ੍ਹਾ 'ਚ? ਤਕਰੀਬਨ 7-8 ਪਲੱਸ ਸ਼ੈੱਡ ਹੈਗੇ ਨੇ ਅਤੇ ਕਾਫੀ ਜਗ੍ਹਾ ਹੈਗੀ ਹੈ ਜਿਹਨਾਂ 'ਚ ਸ਼ੈੱਡ ਪੜੇ ਹੋਏ ਸੀ। ਸਰ ਕੋਈ ਫਾਇਰ ਸੇਫਟੀ ਦਾ ਵੀ ਪਤਾ ਲੱਗਾ ਵੀ ਹੈ ਨਹੀਂ ਸੀ ਨਾ, ਕੋਈ ਕਿੱਦਾਂ ਦੀ ਗੱਲਬਾਤ ਆਈ ਸਭ ਨੂੰ? ਐਜ਼ ਆਫ ਨਾਓ ਤਾਂ ਸਾਡਾ ਜੋ ਇਸ ਟਾਈਮ ਕੋਸ਼ਿਸ਼ ਹੈਗੀ ਹੈ ਉਹ ਤਾਂ ਅੱਗੇ ਕਾਬੂ ਪਾਉਣ ਦੀ ਹੈਗੀ ਹੈ, ਬਾਕੀ ਸਾਰੇ ਜੋ ਐਂਗਲਸ ਹੈਗੇ ਨੇ ਵੀ ਐਕਸਪਲੋਰ ਲੇਟ।